ਲਓ ਬਈ ਸੱਜਣੋ ਮਿੱਤਰੋ ਬੇਲੀਓ ਜੀ ਆਇਆਂ ਨੂੰ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਵਧੀਆ ਹੋ ਅਤੇ ਆਪਾਂ ਅੰਬਰਸਰੀਆ ਫਿਲਮ ਵੇਖਣੀ ਹੈ ਇਹਦੀ ਰਿਕੁਐਸਟ ਸੀ ਹਾਂਜੀ ਅੰਬਰਸਰੀਆ ਦੀ ਕਾਫੀ ਰਿਕੁਐਸਟ ਸੀ, ਕਿਤੇ ਵੀ ਨਹੀਂ ਵੇਖੀ ਅਜੇ ਤੱਕ, ਰਿਐਕਸ਼ਨ ਵੀ ਨਹੀਂ ਦਿੱਤਾ, ਰਿਐਕਸ਼ਨ ਵੀ ਨਹੀਂ ਤਾਂ ਪਰ ਲਿਆਂਦੇ ਵੀ ਨੇ, ਬੜੀ ਵਧੀਆ ਪਰ ਲਿਆਂਦੇ ਨੇ ਕਿ ਤੁਸੀਂ ਉਹੀ ਫਿਲਮਾਂ ਉੱਧਰ ਵੀ ਵੇਖਦੇ ਹੋ ਫਿਰ ਉੱਧਰ ਵੇਖ ਲੈਂਦੇ ਹੋ ਅਤੇ ਆਸ ਮੈਨੂੰ ਲੱਗਦਾ ਕਿਸੇ ਪਾਸੇ ਨਹੀਂ ਵੇਖੀ, ਕਿਤੇ ਵੀ ਅਤੇ ਨਹੀਂ ਵੇਖੀ ਫਰੈਸ਼ ਫਿਲਮ ਹੈ ਅਤੇ ਪੂਰੀ ਵੇਖਿਓ, ਫਰੈਸ਼ ਖੈਰ ਸਾਡੇ ਵਾਸਤੇ ਫਰੈਸ਼ ਹੀ ਸਾਡੇ ਹੈ, ਵਾਸਤੇ ਫਰੈਸ਼ ਅਸੀਂ ਸਮਝਣ ਡੇ ਸੀ ਅੰਬਰਸਰੀਆ ਉਹ ਹੈ ਜਿਹਦੇ ਵਿੱਚ ਉਹ ਕੀ ਨਾਂ ਹੈ ਉਹ ਮੁੰਡਾ ਹੁੰਦਾ ਹੈ ਦਾ ਦਿਲਜੀਤ ਦਾ, ਇਹ ਹੋਰ ਹੈ। ਇਹ ਹੋਰ ਚਲੋ ਵੇਖਣੇ ਆ ਫਿਰ ਸ਼ੁਰੂ ਤੋਂ। ਰਾਂਝੇ ਦੀ ਔਲਾਦ ਢਾਬਾ ਇਹ ਤੁਹਾਡੀ ਭੂਆ ਦਾ ਘਰ ਨਹੀਂ, ਜੇ ਬੈਠਣਾ ਤਾਂ ਬੰਦੇ ਦੀ ਤਰ੍ਹਾਂ ਬੈਠੋ, ਨਹੀਂ ਤਾਂ ਪੱਤਰੇ ਬਾਝੋ ਤੋਂ ਪਤੰਦਰੋਂ ਸ਼ਰਿਆ ਵੀ ਲਾਟੀਆਂ ਪਾਟੀਆਂ ਕਰੀ ਜਾਂਦੇ ਹੋ, ਦੇਖਣ ਵਾਲੇ ਬੰਦੇ ਦਾ ਮੂਡ ਨਹੀਂ ਤੱਤਾ ਠੰਡਾ ਹੁੰਦਾ, ਜੋ ਭਾਜੋ ਉੱਥੋਂ ਸੁੱਖੀ ਹੋਏ। ਆਇਆ ਉਸਤਾਦ, ਉਹ ਉਸਤਾਦ ਨੂੰ ਮੈਥੋਂ ਪੀਣ ਸਿੱਖੀ ਹੈ ਤੂੰ, ਇਹਨਾਂ ਤੋਂ ਪੈਸੇ ਲੈ ਤੇ ਦਫਾ ਕਰ ਇਹਨਾਂ ਨੂੰ। ਹੈਲੋ ਲੈ ਲਾ ਮਜਨੂੰ, ਚਲੋ ਟੇਬਲ ਵਿਹਲਾ ਕਰੋ, ਘੰਟਾ ਹੋ ਗਿਆ ਬੈਠਿਆਂ ਨੂੰ, ਕਿਸੇ ਹੋਰ ਨੇ ਵੀ ਆਉਣਾ ਹੁੰਦਾ, ਨਿਕਲੋ। ਇੱਕ ਤਾਂ ਮੈਨੂੰ ਇਹਨਾਂ ਕੁੜੀਆਂ ਦੀ ਸਮਝ ਨਹੀਂ ਆਉਂਦੀ ਵੀ ਆਹ ਉੱਬੂਆਂ ਜਨੂੰ ਇੰਨੀਆਂ ਸੋਹਣੀਆਂ ਕੁੜੀਆਂ ਮਿਲ ਕਿੱਥੋਂ ਜਾਂਦੀਆਂ ਨੇ, ਨਾ ਅਕਲ ਦੇਖਦੀਆਂ ਨੇ ਨਾ ਸ਼ਕਲ, ਬਸ ਮੰਗ ਮੈਂ ਜਾਂ ਮੈਂ ਜਿਗੜ ਜਾਂਦੀਆਂ ਨੇ। ਕੁੜੀਆਂ ਦਿਲ ਵੇਖਦੀਆਂ ਵੀਰੇ, ਦਿਲ ਚੰਗਾ ਤੇ ਬਾਕੀ ਸਭ ਆ, ਕੀ ਜਾਮਾ ਤੇ ਕੀ ਅਟਦਾ ਹੀ ਅੱਜ ਦੀ। ਕੀ ਮਤਲਬ ਤੇਰੇ ਨਾਲ ਵੀ ਇੰਨੀ ਸੋਹਣੀ ਕੁੜੀ ਫਸੀ ਹੋਈ? ਫਸੀ ਕਿਉਂ ਦੋ ਸਾਲਾ ਬਾਂਦਰ, ਔਰ ਜ਼ਿਆਦਾ ਸਤਿਕਾਰ ਕਰਨਾ ਉਹਦਾ ਕਿ ਨਹੀਂ ਉਹਦਾ, ਸੈੱਟ ਹੋਈ ਕਹੀਦਾ ਜੇ। ਵਾਹ ਜੀ ਵਾਹ, ਆਪ ਜੀ ਤਾਂ ਬੜੇ ਮਹਾਨ ਵਿਚਾਰ ਲਿਆ ਉੱਥੇ ਜਾ ਕੇ ਪ੍ਰਤੀ, ਬਈ ਯਾਰ ਤੂੰ ਮਰਵਾਈ ਤਾਂ ਲੱਗਦਾ ਨਹੀਂ ਪਰ ਗੱਲਾਂ ਬੜੀਆਂ ਵਧੀਆ ਕਰਦਾ ਯਾਰ। ਉਹ ਸੁੱਖੀ ਲਿਆ ਕੇ ਗਲਾਸ ਮੇਰਾ ਵੀ ਲਿਆ ਜੀ। ਮੰਗ ਵੀ ਦਾਰੂ ਪੀਏਗਾ? ਮੰਗ ਵੀ, ਮੈਨੂੰ ਤਾਂ ਤੂੰ ਬੰਦੇ ਹੀ ਬੜੇ ਨਿੱਘੇ ਸੁਭਾਅ ਦਾ ਰਹਿੰਦਾ ਯਾਰ, ਮੈਨੂੰ ਪਤਾ ਸੀ ਵੀ ਤੂੰ ਮੈਨੂੰ ਪੁੱਛੇਗਾ ਜ਼ਰੂਰ, ਤੇ ਪੁੱਛਣੀ ਵੀ ਇੰਨੇ ਪਿਆਰ ਨਾਲ ਵੀ ਮੈਥੋਂ ਜਵਾਬ ਹੀ ਨਹੀਂ ਦੇ ਹੋਣਾ। ਪਤ ਪਤ ਅੱਛਾ, ਬਸ਼ਰਮ ਦੇ ਨਾਲ ਨਾਲ ਲੁੱਚਾ ਵੀ ਹੈ। ਕੀ ਗੱਲ ਬਈ, ਬੜਾ ਤਾਂ ਪਿਆ ਫਿਰਦਾ ਯਾਰ, ਘਰ ਵਾਲੀ ਨੇ ਕਿਤੇ ਛਿੱਤਰ ਮਾਰ ਕੇ ਤਾਂ ਨਹੀਂ ਦਬਾਲਿਆ? ਉਹ ਬਾਊ ਮੈਂ ਬੋਤਲ ਮਾਰੂ ਸਾਹ, ਉਹ ਮੁਫਤ ਦੀ ਦਾਰੂ ਪੀਉਣ ਵਾਲੀ ਨੇ ਇੱਜ਼ਤ ਨਾਲ ਗੱਲ ਕਰੀ ਹੁੰਦੀ ਹੈ। ਚੱਲ ਛੱਡ ਪਰਾਂ ਯਾਰ, ਤੂੰ ਇਹ ਦੱਸ ਵੀ ਜਿਹੜੀ ਕੁੜੀ ਤੂੰ ਟਿਕਾਈ ਹੋਈ ਹੈ ਉਹ ਕਿੰਨੀ ਸੋਹਣੀ ਹੈ ਭਲਾ? ਅੱਛਾ, ਬਸ਼ਰਮ ਤੇ ਲੁੱਚਪਣੇ ਦੇ ਨਾਲ ਨਾਲ ਠਰਕੀ ਵੀ ਹੈ। ਸਲਾਮ ਬਾਦਰ, ਸੋਹਣੀ ਪੁੱਛਦਾ? ਹਾਂ ਹਾਂ ਕਿੰਨੀ ਸੋਹਣੀ ਹੈ। ਓਏ ਮੈਂ ਕਹਿੰਦਾ ਰਹਿਣ ਦੇ ਨਾ, ਓਏ ਸੋਹਣੀ ਐਸੀ ਬੇਗੋ ਨਾ ਲੜ ਗਈ ਕਿ ਜੇ ਤੂੰ ਇੱਕ ਵਾਰ ਵੇਖ ਲੈਣਾ ਓਏ ਤਾਂ ਇੱਧਰ ਬਾਣੀਆ ਨੂੰ ਲਾ ਕੇ ਢਾਬੇ ਨੂੰ ਅੱਗ ਨੈਚ ਛਾਲ ਮਾਰ ਕੇ ਨਾ ਮਰ ਜੀ। ਆ ਉਸ ਨੂੰ ਇੰਨਾ ਡੋਲ ਡੋਲ ਪੈਂਦਾ ਜਿਵੇਂ ਲਿਮਕੇ ਦੀ ਬੋਤਲ 'ਚ ਚੂੰਡੀ ਕੇ ਲੂਣ ਪਾਇਆ ਡੋਲ ਡੋਲ ਪੈਂਦੀ ਹੈ। ਜਨ ਦੇ ਪਊਏ ਜਿੱਡੀ ਜਿੱਡੀ ਹੀਲ ਪਾ ਕੇ ਜਦੋਂ ਤੁਰਦੀ ਹੈ ਨਾ ਤਾਂ ਸਮਝ ਲੈ ਫਰਸ਼ ਵੀ ਆਸ਼ਕ ਦੇ ਕਾਲਜੇ ਵਾਂਗੂ ਡੁੱਬ ਜੂ ਕਰਦੀ ਹੈ। ਓਏ ਮੇਰੀ ਅੱਗ ਦੀ ਲਾਟ ਹੈ ਲਾਟ ਮੇਰਾ ਮਸ਼ੂਕ, ਜਦੋਂ ਗੱਲਾਂ ਕਰਦੀ ਹੈ ਤਾਂ ਪਤਾ ਕੀ ਕਹਿੰਦੀ ਹੈ? ਕੀ ਕਹਿੰਦੀ ਹੈ ਭਲਾ? ਇੰਡੀਆ ਇਜ਼ ਅੰਡਰ ਇਨਸ਼ੋਰਡ ਕੰਟਰੀ, ਇੱਥੇ ਲੋਕੀ ਕਾਰ ਦੀ ਕਿਸ਼ਤ 1 ਲੱਖ ਰੁਪਇਆ ਖਰਚ ਦਿੰਦੇ ਨੇ ਪਰ ਆਪਣੀ ਇਨਸ਼ੋਰੈਂਸ ਤੇ 10,000 ਵੀ ਨਹੀਂ ਖਰਚਦੇ। ਪਰ ਮੈਮ ਇਹੀ ਗੱਲ ਤਾਂ ਲੋਕ ਸਮਝਦੇ ਨਹੀਂ, ਕੋਈ ਪਾਲਿਸੀ ਲੈਣ ਨੂੰ ਤਿਆਰ ਹੁੰਦਾ ਹੀ ਨਹੀਂ। ਦੈਨ ਸਟਾਪ ਸੈਲਿੰਗ ਦ ਪਾਲਿਸੀਜ਼। ਮਤਲਬ? ਮਤਲਬ ਇਹ ਕਿ ਆਪਾਂ ਇਹੀ ਗਲਤੀ ਕਰਦੇ ਹਾਂ, ਪਹਿਲਾਂ ਹੀ ਪਾਲਿਸੀਆਂ ਵੇਚਣੀ ਸ਼ੁਰੂ ਕਰ ਦਿੰਦੇ ਹਾਂ। ਉਹਨਾਂ ਨੂੰ ਕਦੇ ਵੀ ਇਹ ਨਾ ਦੱਸੋ ਕਿ ਪਾਲਿਸੀ ਲੈਣ ਦਾ ਫਾਇਦਾ ਕੀ ਹੋਏਗਾ, ਉਹਨਾਂ ਨੂੰ ਇਹ ਦੱਸੋ ਕਿ ਪਾਲਿਸੀ ਨਾ ਲੈਣ ਦਾ ਨੁਕਸਾਨ ਕੀ ਹੋਏਗਾ, ਡਰਾ ਦਿਓ ਉਹਨਾਂ ਨੂੰ। ਤੇ ਪਾਲਿਸੀ ਵੇਚਣਾ ਇੱਕ ਆਰਟ ਹੈ, ਲੈਟ ਮੀ ਸ਼ੋ ਯੂ।
ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਸਾਰੀ ਕਲਾਸ ਸ਼ਾਂਤ ਬੈਠੀ ਹੈ, ਕੱਲੇ ਤੇਰੇ ਹੀ ਘਰਾਲੇ ਗੂੰਜਦੇ ਸਾਰੇ ਕਮਰੇ 'ਚ। ਉਹ ਜੱਟ ਤਾਂ ਫਿਰ ਕੱਲਾ ਹੀ ਗੱਜਦਾ ਨਹੀਂ ਜਿੱਥੇ ਗੱਜਦਾ। ਚਾਹੀਏ ਘੜੀ ਦੇਖੋ ਆਪਣੀ, 2:30 ਵਜੇ ਨੇ ਦੁਪਹਿਰ ਦੇ। ਉਹ ਮੇਰੀ ਦੁਪਹਿਰ ਵਾਲੀ ਝੁੱਟੀ ਲੱਗੀ ਹੋਣੀ ਹੈ ਜੀ, ਪਰ ਸੋਹਣੇ ਸੋਹਣੇ ਰਾਤ ਵਾਲੇ ਆਉਂਦੇ ਸੀ। ਉਹ ਸਿਆਣੇ ਆਉਂਦੇ ਜਦੋਂ ਜਾਗੋ ਉਦੋਂ ਹੀ ਸਵੇਰਾ ਹੋ ਜਾਂਦਾ ਹੈ। ਗੁੱਡ ਮਾਰਨਿੰਗ ਮੈਮ। ਸ਼ਰਾ ਤੇ ਕਿਹੜੇ ਸਿਆਣੇ ਨੇ ਆਖਿਆ ਕਿ ਚੱਲਦੇ ਲੈਕਚਰ ਸੁਣ ਲਓ। ਕਲੋਲਾ ਹੀ ਹੈ ਜੀ ਇਹ, ਇੰਨਕ ਤਾਂ ਸਿਆਣਾ ਮੈਂ ਆਪ ਵੀ ਹੈਗਾ ਜੀ। ਉਹ ਲੈਕਚਰ ਤਾਂ ਜਦੋਂ ਕਾਲਜ ਫੀਸ ਦੇ ਕੇ ਪੜ੍ਹਦੇ ਹੁੰਦੇ ਸੀ ਉਦੋਂ ਨਹੀਂ ਸੁਣਿਆ, ਹੁਣ ਤਾਂ ਤੁਸੀਂ ਇੱਥੇ ਫ੍ਰੀ ਵੰਡਣ ਡਏ ਜੇ। ਸ਼ਰਾ ਐਂਡ ਗੈਟ ਆਊਟ ਆਫ ਦ ਰੂਮ, ਗੈਟ ਆਊਟ। ਬੜੀ ਕਰਮਾ ਯਾਰ ਬੀਬੀ, ਕਲੋਲ ਮਾਸਾ ਨਹੀਂ ਜੇ ਕਰਦੀ। ਬਾਹਰ ਚੱਲ ਚੱਲ। ਓਕੇ ਚਲੋ ਫਿਰ ਇਹ ਦੱਸੋ ਇਸ ਸਾਲ ਸਭ ਤੋਂ ਵੱਧ ਪਾਲਿਸੀਆਂ ਕਿਹਨੇ ਵੇਚੀਆਂ ਨੇ ਦੱਸੋ। ਟੈਲ ਮੀ, ਤੂੰ ਗਿਆ ਨਹੀਂ ਹਜੇ ਤੱਕ? ਮੈਂ ਤਾਂ ਤੁਰ ਗਿਆ ਸੀ ਮੈਡਮ, ਪਰ ਆਫਿਸ ਦੀ ਇੱਜ਼ਤ ਵਾਪਸ ਖਿੱਚ ਲਈ। ਕੀ ਬਕਵਾਸ ਕਰ ਰਹੇ ਹੋ? ਐਕਚੁਅਲੀ ਜਿਹੜਾ ਸਵਾਲ ਤੁਸੀਂ ਪੁੱਛ ਬੈਠੇ ਹੋ ਨਾ, ਉਹਦਾ ਜਵਾਬ ਇਹਨਾਂ ਤੋਂ ਕਿਸੇ ਕੋਲ ਹੈ ਨਹੀਂ। ਦਰਅਸਲ ਸਭ ਤੋਂ ਵੱਧ ਪਾਲਿਸੀਆਂ ਮੈਂ ਵੇਚੀਆਂ। ਸ਼ਕਲ ਦੇਖੀ ਆਪਣੀ? ਸ਼ਕਲ ਨੂੰ ਮੈਂ ਪਾਲਿਸੀਆਂ ਵੇਚੀਆਂ ਹੁੰਦੀਆਂ ਮੈਡਮ ਜੀ, ਰਿਸ਼ਤੇ ਥੋੜ੍ਹਾ ਬਗੜੇ ਹੁੰਦੇ ਜਾਂਦੇ। ਉਤਰਾ ਪਾਲਿਸੀਆਂ ਲੈਣ ਵਾਲੇ ਮੈਂ ਤੋਂ ਅਕਸਰ ਪੁੱਛਣ ਦੇ ਵੀ ਕਾਕਾ ਵਿਆਹ ਨੂੰ ਹੋਇਆ ਕਿ ਚਾਹ ਤੇ ਸਦੀ ਹੈ ਕਿਸੇ ਦਿਨ। ਸਾਇਲੈਂਸ ਮੈਮ, ਇਹ ਸੱਚ ਕਹਿ ਰਿਹਾ, ਇਹੀ ਹਾਈਐਸਟ ਪ੍ਰੀਮੀਅਮ ਕਲੈਕਟਰ ਹੈ। ਮੈਂ ਨਾ ਮੈਡਮ ਜੀ, ਮੰਨ ਲਓ ਰਾਜਪੁਰ ਤੋਂ ਲੈ ਕੇ ਦੇਵੀਗੜ੍ਹ ਤੱਕ ਬਖਸ਼ਿਆ ਕਿਸੇ ਨੂੰ ਨਹੀਂ ਜੱਟ ਅੰਮ੍ਰਿਤ ਸਿੰਘ। ਖਾਤਰ ਆਪ ਅੰਮ੍ਰਿਤਸਰ ਤੇ ਉਰਾ ਪਟਿਆਲਾ ਤੱਕ ਚੱਲ ਕੇ ਆਏ, ਆਖਰ ਮਾਰੀ ਵੀ ਕੋਈ ਜ਼ਿੰਮੇਵਾਰੀ ਬਣਾ ਹੈ? ਓਏ ਛੇਤੀ ਕਰ ਬਾਈ, ਅਰ ਧਿਆਨ ਨਾਲ ਬਸਵਾ ਬਿਠਾ ਕੇ ਆਈਏ ਅਸੀਂ ਸਰ। ਮੈਡਮ ਇਹ ਤੁਹਾਡਾ ਲੈਕਚਰ ਨਹੀਂ ਹੈਗਾ ਵੀ ਜੋ ਤੁਸੀਂ ਕਹੋਗੇ ਉਹੀ ਹੋਊਗਾ, ਥਾਂ ਉੱਪਰ ਦੇ ਧੱਕਾ ਲਾਓ। ਮੈਂ ਧੱਕਾ ਲਾਉਂਗੀ? ਹਾਂ ਇਹ ਗੱਲ ਬਾਜਵਾ ਸਰ ਦੇ ਸਾਹਮਣੇ ਨਹੀਂ ਸੀ ਕਹਿ ਸਕਦਾ। ਇਹ ਬਾਜਵਾ ਸਰ ਤੋਂ ਲਈ ਆ ਮੈਂ ਸੈਕਿੰਡ ਹੈਂਡ ਧੱਕਾ ਸਰ। ਮੈਂ ਤਾਂ ਤੁਹਾਡੇ ਕੋਲ ਨਹੀਂ ਪਤਾ, ਮੈਂ ਧੱਕਾ ਨਹੀਂ ਲਾ ਸਕਦੀ, ਮੈਂ ਪੈਨਸਲ ਹੀ ਨਹੀਂ ਪਾਈ ਹੈ। ਆ ਬੂਟ ਚਾਹੇ ਦੋ ਮਿੰਟ ਮੇਰੇ ਪਾ ਲਓ, ਪਰ ਧੱਕਾ ਲੈਣ ਬਿਨਾਂ ਗੱਲ ਬਣਨੀ ਨਹੀਂ ਮੈਡਮ। ਮੈਂ ਕਹਿੰਦਾ ਆਪਾਂ ਡਿਸੀਜ਼ਨ ਲੈ ਲਈਏ, ਧੱਕਾ ਨਾਲ ਤੁਹਾਡੀ ਬੱਸ ਮਿਸ ਹੋ ਜਾਣੀ ਹੈ। ਫਿਰ ਜੀ ਤੁਹਾਨੂੰ ਟਰੱਕ 'ਤੇ ਚੜ੍ਹ ਕੇ ਜਾਣਾ ਪੈਣਾ ਅਤੇ ਟਰੱਕਾਂ ਦੀ ਤਿਆਰੀ ਤੁਹਾਨੂੰ ਪਤਾ ਹੀ ਹੈ। ਵੈਸੇ ਸਾਰੇ ਟਰੱਕਾਂ ਵਾਲੇ ਇੰਨੇ ਮਾੜੇ ਵੀ ਨਹੀਂ ਹੁੰਦੇ, ਮੇਰੀ ਮਾਸੀ ਦਾ ਮੁੰਡਾ ਟਰਾਂਸਪੋਰਟਰ ਹੈ, ਪਤਾ ਕਿੰਨਾ ਸਵੀਟ ਆ। ਸਵੀਟ ਕਲੋਲਾ ਮੈਡਮ, ਉਹਨੇ ਮੈਂ ਨੋਵਾ ਪਾਈ ਹੋਣੀ ਹੈ। ਟਰੱਕਾਂ ਵਾਲੇ ਸਵੀਟ ਨਹੀਂ ਹੁੰਦੇ ਜੀ, ਵੈਲੀ ਹੁੰਦੇ ਨੇ ਜੀ ਪੂਰੇ, ਉੱਡੀਆਂ ਮੁੱਛਾਂ ਵਾਲੇ ਵੀਰੇ। ਮੈਂ ਕਹਿੰਦਾ ਆਪਾਂ ਪੁਸ਼ ਕਰ ਲਈਏ, ਆ ਜਾਓ ਕਲੋਲਾ ਹੀ ਆ ਬਸ। ਇਹ ਬਣ ਗਈ ਗੱਲ, ਬਸ ਬਣ ਗਈ ਬਣ ਗਈ। ਨਹੀਂ ਜੀ, ਗੱਲ ਕਰਨ ਦੀ ਜਮਾਂ ਹੀ ਤਮੀਜ਼ ਨਹੀਂ ਹੈ ਤੈਨੂੰ। ਆ ਭੋਰਾ ਦੀ ਜੀ, ਇਜੋਟ ਜਨਮ ਹੋਵੇ ਤਾਂ। ਸੇਮ ਟੂ ਯੂ ਜੀ। ਓਕੇ ਜੀ, ਬਾਏ। ਇੱਕ ਤਾਂ ਮੂੰਹ ਨਹੀਂ ਵਾਵਾ ਆਉਂਦੇ ਜੀ ਮੈਨੂੰ। ਉਸ ਨਾਲ ਕੋਈ ਗੱਲਬਾਤ, ਤੁਸੀਂ ਤਾਂ ਮਾਸਾ ਨਹੀਂ ਬੋਲਦੇ। ਤੂੰ ਸਭ ਤੋਂ ਵੱਧ ਪਾਲਸੀਆਂ ਵੇਚਦਾ ਕਰਦੀ ਹੈ, ਟੁੱਟੀ ਜੀ ਦੋਧੀਆਂ ਵਾਲੀ
ਮੋਟਰਸਾਈਕਲ ਲਈ ਫਿਰਦੇ ਚੋਤੀਆਂ ਵਾਲੀ ਮੋਟਰਸਾਈਕਲ ਨੂੰ ਮੈਂ ਕਹਿੰਦਾ ਤੁਹਾਨੂੰ ਦੋਨਾਂ ਪਾਸੇ ਲੱਤਾਂ ਕਰਕੇ ਬੈਠਣ ਨੂੰ ਕਹਿਤਾ ਜੀ ਜਿਹੜੀ ਚੀਜ਼ ਉੱਥੇ ਬੜੇ ਕੰਮ ਆਵੇ ਮੈਡਮ ਜੀ ਉਹਦੀ ਕਦਰ ਕਰਨੀ ਹੁੰਦੀ ਆ ਮਾਇਆ ਨਾ ਰਮਾਨ ਨਾ ਬੈਠੋ ਤਾਂ ਲਾਓ ਲਾਉਂ ਡਰਾਈਵ ਜਾਂ ਲੱਗਦਾ ਲਾਓ ਡਰਾਈਵ ਲੈ ਦੇ ਤੇ ਹਾਂ ਜੀ ਉੱਪਰ ਬੱਸ ਦੇ 10 ਮਿੰਟ ਲਾਦਾ ਪਰ ਆਪਣੀ ਜਾਜੀ ਤੇ 20 ਮਿੰਟ ਲੱਗਦੇ ਨੇ ਜੀ ਹੋਈ ਨਾ ਜੀ ਫੇ ਲਾਓ ਡਰਾਈਵ ਕਲੋਲਾ ਹੀ ਹੈ ਜੀ ਲੋਲਾ ਬਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਆ ਗਿਆ ਮੈਨੂੰ ਕਿਸੇ ਤੋਂ ਤਰਲੇ ਜੇ ਕਲੋਣੇ ਚੰਗੇ ਨੀ ਲੱਗਦੇ ਸਪੈਸ਼ਲੀ ਫ੍ਰੋਮ ਲੇਡੀ ਸਟਾਫ ਹਾਂਜੀ ਲਿਓ ਆ ਲਓ ਬੈਠ ਨੀ ਹਲੇ ਮੈਨੂੰ ਨੀ ਲੱਗਦਾ ਕਿ ਅੰਮ੍ਰਿਤਸਰੀ ਤੋਂ ਇਲਾਵਾ ਦਲਜੀਤ ਤੋਂ ਇਲਾਵਾ ਵੀ ਕਿਸੇ ਬੰਦੇ ਨੂੰ ਕੋਈ ਗੱਲ ਕੀਤੀ ਮਾੜੀ ਮਾੜੀ ਗੱਲ ਕੀਤੀ ਮਾੜੀ ਮਾੜੀ ਨੀ ਤੇ ਇਹੀ ਲੱਗਾ ਉਦੋਂ ਦਾ ਹੋਏ 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 ਚਲੋ ਬਾਕੀ ਅੱਛਾ ਇਹਦੀਆਂ ਪਹਿਲਾ ਪਾਰਟ ਤੇ ਬਹੁਤ ਵਧੀਆ ਸੀ ਸਾਰੇ ਪਾਰਟ ਬੜੇ ਵਧੀਆ ਮੈਨੂੰ ਇਹਦੀਆਂ ਰਿਕੁਐਸਟ ਹੀ ਆਪਾਂ ਨੂੰ ਸਭ ਤੋਂ ਬਹੁਤੀਆਂ ਅੰਮ੍ਰਿਤਸਰੀ ਦੀਆਂ ਨੇ ਅਤੇ ਆਪਣਾ ਇਹ ਹੈ ਕਿ ਦਲਜੀਤ ਭਾਅ ਜੀ ਦਾ ਇਹ ਹੈ ਕਿ ਜਿਹੜੀਆਂ ਵੀ ਜੱਟ ਐਂਡ ਜੂਲੀਅਟ ਸੀ ਜੇ ਉਹਦੇ ਵਿੱਚ ਵੀ ਬਹੁਤ ਤੇਜ਼ ਅਤੇ ਜੇ ਉਹ ਫਿਰ ਇੱਕ ਸੀ ਉਹ ਜਿਹਦੇ ਵਿੱਚ ਜਿੰਨ ਫੜਦਾ ਸਰਦਾਰ ਜੀ ਉਹਦੇ ਵਿੱਚ ਵੀ ਐਵੇਂ ਹੀ ਹੈ ਮਤਲਬ ਨੋਨ ਸਟੋਪ ਹੈ ਨੋਨ ਸਟੋਪ ਬੰਦਾ ਉਂਝ ਇਹਨਾਂ ਦਾ ਇੰਟਰਵਿਊ ਸੁਣੋ ਨਾ ਤੇ ਆਂਦੇ ਨੇ ਮੈਂ ਬੜਾ ਸ਼ਾਈ ਜਿਹਾ ਵਾਂ ਮਤਲਬ ਮੈਂ ਨਾ ਬੋਲਦਾ ਨਹੀਂ ਇੰਟਰਵਿਊ ਉਹਦੇ ਨਾਲ ਸੁਣਨ ਡਿਆ ਸੀ ਤੇ ਉਹਦੇ ਵਿੱਚ ਆਂਦੇ ਨੇ ਮੈਂ ਬਹੁਤ ਸ਼ਾਈ ਹੋ ਜਾਂਦਾ ਫਿਲਮ ਦੇ ਵਿੱਚ ਫਿਰ ਉਹ ਸਕ੍ਰਿਪਟ ਜਿਹੜੀ ਦੇ ਦੋ ਤੇ ਉਹਦੇ ਫਿਰ ਕੱਢ ਵੱਟ ਦਿੰਦਾ ਆਮਰ ਖਾਨ ਨੇ ਨਹੀਂ ਸੀ ਕਿ ਕੈਰੈਕਟਰ ਨੂੰ ਫੜਨਾ ਪੈਂਦਾ ਹਾਂ ਚਲੋ ਬਾਕੀ ਆਪਾਂ ਦੂਜਾ ਪਾਰਟ ਵੇਖਦੇ ਹਾਂ ਜੀ